PSSB ਦੇ ਚੇਅਰਮੈਨ ਰਮਨ ਬੈਲ ਵੱਲੋਂ ਅੱਜ ਫਰੰਟ ਲਾਈਨ ਤੇ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਲਈ ਮਾਸਕ ਅਤੇ ਸੈਨੇਟਾਈਜ਼ਰ ਪੁਲਿਸ ਪ੍ਰਸ਼ਾਸਨ ਨੂੰ ਭੇਟ ਕੀਤੇ ਗਏ। ਇਹ ਭੇਟ ਰਾਮ ਸ਼ਰਨਮ ਪਰਿਵਾਰ ਵੱਲੋਂ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਇਹ ਕਿੱਟਾਂ 350 ਪੁਲਿਸ ਮੁਲਾਜ਼ਮਾਂ ਲਈ ਤਿਆਰ ਕੀਤੀਆਂ ਗਈਆਂ ਹਨ। ਦੇਖੋ ਨਿਊਜ਼ 22 ਦੀ ਖਾਸ ਰਿਪੋਰਟ। ਜੀ, ਕਰੋਨਾ ਵਾਇਰਸ ਦੀ ਚੱਲ ਰਹੀ ਆ, ਉਹ ਹਜੇ ਖਤਮ ਨਹੀਂ ਹੋ ਰਹੀ ਔਰ ਇਹ ਲੜਾਈ ਸਾਨੂੰ ਇਹ ਲੱਗਦੀ ਹੈ ਵੀ ਲੰਬੀ ਲੜਨੀ ਪਊਗੀ ਔਰ ਲੰਬਾ ਸਮਾਂ ਸਮਾਜ ਦੇ ਵਿੱਚ ਸਾਨੂੰ ਇੱਕ ਦੂਸਰੇ ਦੀ ਮਦਦ ਲਈ ਤਿਆਰ ਰਹਿਣਾ ਪਊਗਾ। ਅੱਜ ਰਾਮ ਸ਼ਰਨਮ ਗੁਹਾਨਾ, ਜਿੱਥੇ ਮਹਾਰਾਜ ਕ੍ਰਿਸ਼ਨ ਜੀ ਔਰ ਮਾਂ ਰੇਖਾ ਜੀ ਜਿਸ ਸੰਸਥਾ ਨੂੰ ਇਸ ਵਕਤ ਚਲਾ ਰਹੇ ਨੇ, ਉਹਨਾਂ 'ਤੇ ਅਪਾਰ ਕਿਰਪਾ ਰਹੀ ਆ ਸਵਾਮੀ ਸਤਿਆਨੰਦ ਜੀ ਔਰ ਭਗਤ ਹੰਸਰਾ ਜੀ ਮਹਾਰਾਜ ਦੀ। ਉਹਨਾਂ ਨੇ ਸਵਾਮੀ ਸਤਿਆਨੰਦ ਸੇਵਾ ਟਰੱਸਟ ਕਾਇਮ ਕੀਤਾ, ਜਿੱਥੇ ਉਹ ਸਿਮਰਨ ਔਰ ਈਸ਼ਵਰ ਦਾ ਨਾਂ ਲੈਂਦੇ ਨੇ, ਉੱਥੇ ਸੇਵਾ ਦਾ ਕੰਮ ਵੀ ਉਹਨਾਂ ਨੇ ਬਹੁਤ ਵੱਡੇ ਸਕੇਲ ਦੇ ਉੱਪਰ ਕੀਤਾ। ਔਰ ਜਿਹੜੇ ਫਰੰਟ ਲਾਈਨ 'ਤੇ ਪੁਲਿਸ ਕਰਮੀ ਡਿਊਟੀਆਂ ਦੇ ਰਹੇ ਨੇ, ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਨੇ, ਜਿੱਥੇ ਲੋਕਡਾਊਨ ਨੂੰ ਉਹ ਇੰਪਲੀਮੈਂਟ ਕਰਨ ਦੇ ਵਿੱਚ ਮਦਦ ਕਰ ਰਹੇ ਨੇ, ਉਹਦੇ ਲਈ ਇਹ ਜਿਹੜਾ ਸਮਾਨ ਹੈ ਉਹਨਾਂ ਵਾਸਤੇ ਅੱਜ ਅਸੀਂ ਮੁਹੱਈਆ ਕਰਾਉਣ ਆਏ ਹਾਂ। ਰਾਮ ਸ਼ਰਨਮ ਪਰਿਵਾਰ ਗੁਰਦਾਸਪੁਰ ਦੇ ਮੈਂਬਰ ਸ਼੍ਰੀ ਕੇਸ਼ਵ ਬਹਿਲ ਜੀ, ਮਹਿੰਦਰ ਭੱਲਾ ਜੀ, ਲਲਿਤ ਮੋਹਨ ਜੀ, ਸੁੱਚਾ ਸਿੰਘ ਮੁਲਤਾਨੀ ਜੀ, ਇਹਨਾਂ ਸਾਰਿਆਂ ਨੇ ਅੱਜ ਰਲ ਕੇ ਉਸ ਰਾਮ ਸ਼ਰਨਮ ਪਰਿਵਾਰ ਵੱਲੋਂ ਛੋਟੀ ਜਿਹੀ ਪੇਂਟ ਪੁਲਿਸ ਫੋਰਸ ਨੂੰ ਦਿੱਤੀ ਆ। ਇਹਦੇ ਨਾਲ ਅਸੀਂ ਤਕਰੀਬਨ 350 ਕਿੱਟਸ ਹੈਗੀ ਆ ਔਰ ਗੁਰਦਾਸਪੁਰ ਇਲਾਕੇ ਦੇ ਵਿੱਚ 350 ਹੀ ਜਿਹੜੇ ਪੁਲਿਸ ਕਰਮੀ ਨੇ ਸੜਕਾਂ ਦੇ ਉੱਪਰ ਡਿਊਟੀ ਦੇ ਰਹੇ ਨੇ ਔਰ ਸਖਤ ਡਿਊਟੀ ਦੇ ਰਹੇ ਨੇ, ਔਖੇ ਹਾਲਾਤਾਂ ਦੇ ਵਿੱਚ ਕੰਮ ਕਰ ਰਹੇ ਨੇ ਔਰ ਇਸ ਤ੍ਰਾਸਦੀ ਦੇ ਵਿੱਚ ਮੈਂ ਸਮਝਦਾ ਵੀ ਪੰਜਾਬ ਪੁਲਿਸ ਦਾ ਰੋਲ ਬਹੁਤ ਵਧੀਆ ਰਿਹਾ ਔਰ ਉਹਨਾਂ ਨੇ ਆਪ ਲੋਕਾਂ ਦਾ ਗੁੱਸਾ ਵੀ ਆਪਣੇ ਆਪ 'ਤੇ ਲੈ ਕੇ ਲੋਕਾਂ ਨੂੰ ਕੋਸ਼ਿਸ਼ ਕੀਤੀ ਆ ਉਹਨੂੰ ਉਸ ਇਸ ਤ੍ਰਾਸਦੀ ਦੇ ਵਿੱਚ ਉਹਨਾਂ ਦੀ ਮਦਦ ਕਰਨ ਲਈ। ਔਰ ਖਾਸ ਕਰ ਦੂਸਰੀ ਚੀਜ਼, ਅਸੀਂ ਤਕਰੀਬਨ 500 ਦੇ ਕਰੀਬ ਬਾਕਸ ਆ, ਜਿਹਦੇ ਵਿੱਚ ਇੱਕ ਬਾਕਸ ਦੇ ਵਿੱਚ 6 ਪੀਸ ਨੇ, 3000 ਪੀਸ ਜਿਹੜਾ ਸਲੰਮ ਏਰੀਆ 'ਚ ਸਾਡੀਆਂ ਔਰਤਾਂ, ਪੈਣਾ, ਇਸਤਰੀਆਂ ਨੇ ਜਿਹੜਾ ਅਫੋਰਡ ਨਹੀਂ ਕਰ ਸਕਦੇ, ਉਹਨਾਂ ਨੂੰ ਅਸੀਂ ਪੰਜਾਬ ਪੁਲਿਸ ਵੱਲੋਂ, ਨਵਜੋਤ ਜੀ ਨੇ ਉਸ ਵਕਤ ਕਿਹਾ ਸੀਗਾ ਵੀ ਇਹ ਇਸ ਚੀਜ਼ ਦੀ ਜ਼ਰੂਰਤ ਆ, ਅੱਜ ਉਹ ਵੀ ਅਸੀਂ ਇਹਨਾਂ ਨੂੰ ਦੇਵਾਂਗੇ ਤਾਂ ਕਿ ਇਹ ਉਸ ਸਲੰਮ ਏਰੀਆ ਦੇ ਵਿੱਚ ਡਿਸਟ੍ਰੀਬਿਊਟ ਕਰ ਸਕਣ। ਸੋ ਪਹਿਲਾਂ ਤੋਂ ਸ਼ੁਰੂ ਤੋਂ ਹੀ ਬੈਲ ਪਰਿਵਾਰ ਜਿਹੜਾ 2 ਮਹੀਨੇ ਪਹਿਲਾਂ ਤੋਂ ਲੋਕਡਾਊਨ ਚੱਲਿਆ ਸੀਗਾ, ਲਗਾਤਾਰ ਜ਼ਰੂਰਤਮੰਦਾਂ ਦੀ ਸੇਵਾ ਕਰਦਾ ਆ ਰਿਹਾ ਅਤੇ ਅੱਗੇ ਵੀ ਕਰ ਰਿਹਾ ਆ, ਕੀ ਕਹਿਣਾ ਚਾਹੋਗੇ ਇਸ ਦੁੱਖ ਦੀ ਘੜੀ? ਦੇਖੋ, ਇਹ ਕੋਈ ਅਸੀਂ ਇਕੱਲੇ ਨਹੀਂ ਕਰ ਰਹੇ, ਸਮਾਜ ਦਾ ਹਰ ਵਰਗ, ਹਰ ਇਨਸਾਨ ਜਿਹੜਾ ਇਸ ਤ੍ਰਾਸਦੀ ਵਿੱਚ ਆਪਣੇ ਆਪਣੇ ਤਰੀਕੇ ਦੇ ਨਾਲ ਆਪਣਾ ਹਿੱਸਾ ਪਾ ਰਿਹਾ, ਅਸੀਂ ਕੋਈ ਵੱਖਰੀ ਗੱਲ ਨਹੀਂ ਕਰ ਰਹੇ, ਸਾਰੇ ਲੋਕ ਜੁੜੇ ਨੇ ਔਰ ਕੋਸ਼ਿਸ਼ ਕਰ ਰਹੇ ਨੇ ਵੀ ਵੱਧ ਤੋਂ ਵੱਧ ਇਸ ਤ੍ਰਾਸਦੀ ਦੇ ਵਿੱਚ ਇੱਕ ਦੂਸਰੇ ਦਾ ਹੱਥ ਫੜਿਆ ਜਾਵੇ। ਔਰ ਮੈਂ ਸਮਝਦਾ ਵੀ ਅੱਗੇ ਵੀ ਦੱਸਿਆ ਵੀ ਲੜਾਈ ਲੰਬੀ ਆ, ਸਾਨੂੰ ਇਹ ਚੀਜ਼ਾਂ ਕਰਦੀਆਂ ਰਹਿਣੀਆਂ ਚਾਹੀਦੀਆਂ ਨੇ।